subscribe our channel for latest updates. ਜ਼ਿਲ੍ਹਾ ਗੁਰਦਾਸਪੁਰ ਦੇ ਉਜਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਸਬਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕੀਤੀ ਗਈ ਅਤੇ ਕੇਂਦਰ ਸਰਕਾਰ ਦੀ ਇਸ ਯੋਜਨਾ ਦੀ ਸ਼ੁਰੂਆਤ ਕਰਨ ਦੇ ਲਈ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ। ਉਹਨਾਂ ਨੇ ਕਿਹਾ ਕਿ ਇਹ ਯੋਜਨਾ ਬਹੁਤ ਚੰਗੀ ਹੈ ਅਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਪਰ ਪ੍ਰਚਾਰ ਘੱਟ ਹੋਣ ਦੇ ਚੱਲਦੇ ਲੋਕ ਇਸਦਾ ਲਾਭ ਨਹੀਂ ਚੱਕ ਸਕੇ ਅਤੇ ਹੁਣ ਲੋਕਾਂ ਨੂੰ ਚਾਹੀਦਾ ਕਿ ਉਹ ਇਸ ਯੋਜਨਾ ਦਾ ਲਾਭ ਉਠਾਉਣ। ਉੱਥੇ ਬੀਤੇ ਦਿਨ ਰਾਜ ਸਭਾ ਮੈਂਬਰ ਅਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੀ ਫੇਸਬੁੱਕ ਅਤੇ ਸੋਸ਼ਲ ਸਾਈਟ ਦੇ ਜ਼ਰੀਏ ਇਸ ਗੱਲ ਦੀ ਮੰਗ ਉਠਾਈ ਗਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਬੇਇਨਸਾਫੀ ਨਾ ਕਰਨ ਅਤੇ ਗੰਨੇ ਦੀ ਫਸਲ ਦੇ 350 ਰੁਪਏ ਦਾ ਮੁੱਲ ਤੈਅ ਕਰਨ। ਅਤੇ ਇਸੇ 'ਤੇ ਜਵਾਬ ਦਿੰਦੇ ਹੋਏ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਸੁਝਾਅ ਚੰਗਾ, ਪਰ ਉਹਨਾਂ ਨੂੰ ਚਾਹੀਦਾ ਕਿ ਉਹ ਉਹਨਾਂ ਗੱਲਾਂ ਦਾ ਵੀ ਜ਼ਿਕਰ ਜ਼ਰੂਰ ਕਰਨ ਜੋ ਪੰਜਾਬ ਸਰਕਾਰ ਨੇ ਸਮੇਂ 'ਤੇ ਕਿਸਾਨਾਂ ਦੀ ਫਸਲ ਮੰਡੀ ਤੋਂ ਖਰੀਦ ਲਈ ਅਤੇ ਜਿਸਦੀ ਅਦਾਇਗੀ ਵੀ ਸਹੀ ਢੰਗ ਨਾਲ ਕੀਤੀ ਗਈ। ਅਤੇ ਉੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਕਿ ਅਤੇ ਪੰਜਾਬ ਸਰਕਾਰ ਪ੍ਰਤਾਪ ਸਿੰਘ ਬਾਜਵਾ ਦੇ ਸੁਝਾਅ ਆਉਣ ਤੋਂ ਪਹਿਲਾਂ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ। ਅਤੇ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰਾਜ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦੇ ਐਲਾਨ 'ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਕਿ ਇਹ ਜਥੇਬੰਦੀਆਂ ਦਾ ਆਪਣਾ ਫੈਸਲਾ ਹੈ, ਪਰ ਸਰਕਾਰ ਆਪਣੀ ਵਿੱਤ ਸਥਿਤੀ ਨੂੰ ਦੇਖ ਕੇ ਹੀ ਕੋਈ ਫੈਸਲਾ ਕਰ ਸਕਦੀ ਹੈ। ਚਲੋ, ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਉਹਦੇ ਆਪਣੇ ਸਾਰ ਠੀਕ ਹੈ, ਪਰ ਪੰਜਾਬ ਸਰਕਾਰ ਨੇ ਜਿਹੜੇ ਵਧੀਆ ਕੰਮ ਕੀਤੇ ਨੇ ਬਾਜਵਾ ਸਾਹਿਬ ਨੂੰ ਉਹ ਵੀ ਲੋਕਾਂ ਨੂੰ ਦੱਸਣੇ ਚਾਹੀਦੇ ਸਨ ਵੀ ਕਣਕ ਬੜੀ ਵਧੀਆ ਚੁੱਕੀ ਗਈ ਹੈ, ਝੋਨਾ ਬੜਾ ਵਧੀਆ ਚੁੱਕਿਆ ਗਿਆ, ਪੇਮੈਂਟ ਬੜੀ ਵਧੀਆ ਹੋਈ ਹੈ, ਖਰੀਦ ਬੜੀ ਵਧੀਆ ਹੋਈ ਹੈ, ਅਤੇ ਇਸ ਗੱਲ 'ਤੇ ਵੀ ਪੰਜਾਬ ਸਰਕਾਰ ਸੋਚ ਰਹੀ ਹੈ ਅਤੇ ਫੈਸਲਾ ਕਰੇਗੀ। ਉਹਨਾਂ ਦੀ ਸੁਜੈਸ਼ਨ ਜ਼ਰੂਰ ਮੰਨਾਂਗੇ, ਪਰ ਇਹ ਨਹੀਂ ਪਿਓ ਉਹਦੀ ਸੁਜੈਸ਼ਨ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਇਸ ਬਾਰੇ ਜਾਣਦੀ ਹੈ। ਉਹਨਾਂ ਦੀ ਜਥੇਬੰਦੀਆਂ ਜੋ ਪ੍ਰੋਟੈਸਟ ਕਰਨਾ ਉਹਨਾਂ ਦੇ ਆਪਣੀ ਸੋਚ ਆ, ਪਰ ਸਰਕਾਰ ਨੇ ਆਪਣੇ ਵਿੱਤੀ ਸਾਧਨ ਵੇਖਦੇ ਹੋਏ ਜੋ ਆਪਣਾ ਫੈਸਲਾ ਲੈਣਾ ਜੋ ਮੇਰਾ ਖਿਆਲ ਹੈ ਛੇਤੀ ਲਿਆ ਜਾਵੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।